ਬੜੀ ਵਧੀਆ ਮੇਰਾ ਇਹ ਡਿਜ਼ਾਈਨ ਆ ਯਾਰ ਉਹਨੇ ਵਾਈਟ ਭੇਜ ਤੁਹਾਨੂੰ ਬਲੈਕ ਕਿਹਾ ਸੀ ਵੇਖਿਆ ਉਹੀ ਕੰਮ ਹੋ ਗਿਆ ਨਾ ਮੋਬਾਈਲ ਚੋਰੀ ਹੋ ਗਿਆ ਆਪਕਾ ਕੈਸੇ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਢੀੜਾ ਕੋ ਸਾਰੇ ਕੱਲ ਰਾਤ ਸਾਡੀ ਸਾਰਿਆਂ ਨੇ ਸਲਾਹ ਬਣੀ ਕਿ ਅੱਜ ਤੋਂ ਮਤਲਬ ਕੱਲ ਤੋਂ ਜਿਮ ਜਾਣਾ ਸ਼ੁਰੂ ਕਰ ਦੇਣਾ ਵਾ ਫਸਟ ਤਾਂ ਪਹਿਲਾਂ ਜਾਂਦਾ ਹੀ ਅਤੇ ਸਵੇਰੇ ਸਵੇਰੇ ਉੱਠਣਾ ਤਾਂ ਪਹਿਲਾਂ ਔਖਾ ਲੱਗਾ ਬਟ ਫਾਈਨਲੀ ਆਪਾਂ ਉੱਠ ਗਏ ਹਾਂ ਅਤੇ ਸਾਡਾ ਮੰਡੇ ਆ ਚੁੱਕਿਆ ਵੈਲਕਮ ਬੈਕ ਚੱਲ ਗਿਆ ਸਰ ਮੈਡਮ ਜਿਮ ਵਾਲਿਆਂ ਦਾ ਹੁੰਦਾ ਯਾਰ ਕਿ ਮੰਡੇ ਤੋਂ ਸਟਾਰਟ ਕਰਾਂਗੇ ਮੰਡੇ ਤੋਂ ਸੋ ਫਾਈਨਲੀ ਯਾਰ ਹੋਣਾ ਦਾ ਤਾਂ ਮੰਡੇ ਆ ਚੁੱਕਿਆ ਵਾ ਟਾਈਮ ਸਵੇਰ ਦੇ 7:30 ਹੋ ਗਏ ਆ ਅਤੇ ਹੁਣ ਜਾ ਰਹੇ ਆ ਜੀ ਆਪਾਂ ਯਾਰ ਹੋਣੀ ਜਿਮ ਮੂੰਹ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਨੀਂਦ ਹਾਲੇ ਆਈ ਹੋਈ ਆ ਬਟ ਨੀਂਦ ਨੂੰ ਤਾਂ ਹੁਣ ਛੱਡਣਾ ਹੀ ਪੈਣਾ ਯਾਰ ਜੋ ਮਰਜ਼ੀ ਹੋ ਜਾਏ ਅਤੇ ਬਸ ਹੁਣ ਆਪਾਂ ਜਾ ਰਹੇ ਹਾਂ ਜੀ ਜਿਮ ਵੱਲ ਨੂੰ ਜਿਮ ਲਾਉਣ ਤੋਂ ਬਾਅਦ ਕੁਲਚਾ ਖਾਣ ਜਾਣਾ ਅੱਜ ਯਾਰ ਹੁਣੀ ਜਿਮ ਆਏ ਆ ਅਤੇ ਜਿਮ 'ਚ ਤਾਂ ਰਸ਼ ਹੀ ਬੜਾ ਯਾਰ ਆ ਦੇਖਿਓ ਆ ਜਿੰਨੀਆਂ ਵੀ ਬਾਈਕਾਂ ਨੇ ਸਾਰੀਆਂ ਜਿਮ 'ਚ ਆਈਆਂ ਨੇ ਹਲੇ 3-4 ਦਿਨ ਤਾਂ ਮਿਕਸ ਹੀ ਲੱਗੂਗੀ ਕਿਉਂਕਿ ਬੈਕ ਟੂ ਰੂਟੀਨ ਮਸਲ ਮੈਮਰੀ ਵਗੈਰਾ ਦਾ ਕੱਖ ਹੈ ਨਹੀਂ ਯਾਰ ਕਿਉਂਕਿ ਜਿਮ ਜਦੋਂ ਵੀ ਲਾਇਆ ਵਾ ਬਸ ਫਿੱਟ ਹੋਣ ਲਈ ਲਾਇਆ ਵਾ ਸੋ ਫਿਰ ਤੂੰ ਦੁਬਾਰਾ ਸਟਾਰਟ ਕਰਦੇ ਹਾਂ ਮਹੀਨਾ ਡੇਢ ਮਹੀਨਾ ਲੱਗੂਗਾ ਫਿਰ ਛੁੱਟ ਜਾਣਾ ਕਿਉਂਕਿ ਯਾਰ ਤੁਹਾਨੂੰ ਪਤਾ ਅੰਦਰ ਬਾਹਰ ਜਾਂਦੇ ਰਹੀਦਾ ਵਾ ਸੋ ਤਾਂ ਕਰਕੇ ਬਾਕੀ ਕੋਸ਼ਿਸ਼ ਪੂਰੀ ਆ ਕਿ ਰੈਗੂਲਰ ਐਕਸਰਸਾਈਜ਼ ਲਾਇਆ ਕਰੀਏ ਫੋਨ ਕਰ ਵੇਲੋ ਲੋਕੀ ਵੀ ਨਹੀਂ ਪਛਾਣ ਰਹੇ ਕਿ ਤੁਸੀਂ ਜਿਮ ਕਿੱਧਰੋਂ ਕਿੱਥੇ ਆ ਨਹੀਂ ਆ ਕੂੜੇ ਚ ਲਾ ਕੂੜੇ ਚ ਯਾਰ ਤੁਹਾਨੂੰ ਅਕਲ ਨੀ ਹੈਗੀ ਪਾਰਕਿੰਗ ਪ੍ਰਾਈਵੇਟ ਪਾਰਕਿੰਗ ਇੱਥੇ ਵੀ ਗੱਲ ਨਹੀਂ ਕਰਨ ਦੇ ਤਿੰਨ ਮਹੀਨੇ ਬਾਅਦ ਵਾਪਸ ਜਿਮ ਜਾ ਕੇ ਵਧੀਆ ਲੱਗ ਰਿਹਾ ਵਾ ਪਰ ਬੈਕ ਟੂ ਰੂਟੀਨ ਆਉਂਦੇ ਆਉਂਦੇ ਟਾਈਮ ਲੱਗ ਜੂਗਾ ਹੈ ਕੱਲ ਆ ਪਾਊਗਾ ਕੱਲ ਦਾ ਕੁਛ ਕਹਿ ਨਹੀਂ ਕੁਛ ਨੂੰ ਕਹਿ ਰਹੀ ਇਹਨੇ ਇੱਕ ਸਕਿਪ ਸਕਿਪ ਕੀਤੀ ਹਲੇ ਜਿਮ ਸ਼ਿਮ ਲਾ ਕੇ ਹੁਣ ਇਹੀ ਜੀ ਆਪਾਂ ਕੰਪਨੀ ਪਾ ਕੇ ਇੱਥੇ ਫਰੂਟ ਸੈਲਡ ਖਾਣ ਲਈ ਪਰ ਉਹ ਰੇੜੀ ਵੱਲ ਤਾਂ ਹੈ ਹੀ ਨਹੀਂ ਲਾ ਲਓ ਯਾਰ ਉਹ ਪਿੱਛੇ ਹੁੰਦਾ ਨਾ ਆਪਾਂ ਹਰਸ਼ ਪਿਛਲੀ ਵਾਰੀ ਖਾਧਾ ਯਾਦ ਹੀ ਨਹੀਂ ਇੱਕ ਵਾਰੀ ਸੂਪ ਪੀਣਾ ਸ਼ੂਪ ਸ਼ੂ ਪੀਣਾ ਸ਼ੂ ਪੀਣਾ ਆ ਜਾਓ ਫਿਰ ਪਤਾ ਨਹੀਂ ਉਹ ਅੰਕਲ ਵੀ ਹੋਣਗੇ ਕਿ ਨਹੀਂ ਹੋਣਗੇ ਸੂਪ ਵਾਲੇ ਨਹੀਂ ਸੰਡੇ ਸੰਡੇ ਹੁੰਦੇ ਸੰਡੇ ਵਾਲੇ ਦਿਨ ਤਾਂ ਹੁੰਦਾ ਯਾਰ ਨਹੀਂ ਨਹੀਂ ਉਵੇਂ ਵੀ ਹੁੰਦੇ ਮੈਂ ਪ੍ਰੋਟੀਨ ਸੈਲਡ ਹੁੰਦਾ ਯਾਰ ਦੁਪਹਿਰੇ ਵੀ ਹੁੰਦਾ ਵਾ ਅੱਜ ਕਿਉਂ ਨਹੀਂ ਆ ਬੜਾ ਵਧੀਆ ਪ੍ਰੋਟੀਨ ਸੈਲਡ ਮਿਲਦਾ ਉੱਥੇ ਅੱਜ ਅਸੀਂ ਆਉਣਾ ਸੀ ਤਾਂ ਕਰਕੇ ਉਹਨਾਂ ਨੂੰ ਪਤਾ ਸੀ ਕਿ ਜਿਮ ਲਾ ਕੇ ਆਉਂਦੇ ਮੁੰਡੇ ਇਹਨਾਂ ਨੇ ਖਾਣਾ ਤੇ ਮੈਨੂੰ ਨਹੀਂ ਖਾਣਾ ਕਿਸਮਤ ਚੰਗੀ ਸੀ ਕਿ ਅੱਜ ਸੂਪ ਤੇ ਮਿਲ ਗਿਆ ਵਾ ਹੁਣ ਪ੍ਰੋਟੀਨ ਸੈਲਡ ਕਿਸੇ ਹੋਰ ਦਿਨ ਜਦੋਂ ਅੰਕਲ ਨੇ ਕਿਹਾ ਕਿ ਮੈਂ ਟ੍ਰੇ ਚ ਪਾ ਕੇ ਪੀ ਦੇਣਾ ਵਾ ਕਿਹੜੀ ਕਿਹੜੀ ਤੈਨੂੰ ਆਫਤ ਆਈ ਆ ਛੋਲੇ ਨਹੀਂ ਦੇਣੇ ਅੰਕਲ ਨੇ ਥੈਂਕ ਯੂ ਜੀ ਆ ਸਾਡੀ ਮਾਰਨਿੰਗ ਡਾਈਟ ਆ ਚੁੱਕੀ ਹੈ ਜੀ ਇਹ ਅਸੀਂ ਮਿਕਸ ਕਰਾਇਆ ਵਾ ਲੋਕੀ ਅਤੇ ਟੋਮੈਟੋ ਦਾ ਵੈਸੇ ਲੋਕੀ ਵੀ ਵਧੀਆ ਹੁੰਦਾ ਵਾ ਅਤੇ ਟੋਮੈਟੋ ਵੀ ਦੋਵੇਂ ਪਟੈਟੋ ਵੀ
ਮੇਰਾ ਜਿਹੜਾ ਆਮਲਾ ਵਾ ਬੜਾ ਚੰਗਾ ਹੁੰਦਾ ਸਿਹਤ ਲਈ। ਹੁਣ ਅਸੀਂ ਸੂਪ ਪੀ ਕੇ ਤੇ ਹੁਣ ਅਸੀਂ ਚੱਲੇ ਆ ਜੀ। ਹਾਂਜੀ ਹਾਂਜੀ ਵੀਰੇ, ਕੀ ਹਾਲ ਆ ਜੀ? ਤਿੰਨ ਨਾਰੀਅਲ ਪਾਣੀ। ਉਹ ਪਹਿਲਾਂ ਪੁੱਛੋ ਤੇ ਕਿੰਨੇ ਦਾ? ਕਿੰਨੇ ਦਾ? ਅੱਛਾ ਤਿੰਨ ਕਰ ਦੋ। ਤਿੰਨ ਤਿੰਨ ਪਾਣੀ ਵਾਲਾ, ਪਾਣੀ ਵਾਲਾ। ਆ ਜਿਮ ਕਰਾ ਲਾਉਂਦੇ, ਖਾਣ ਹੀ ਦੇ ਆ। ਘੱਟੋ ਘੱਟ ਵੀਰੇ ਕੋਈ ਨੀ, ਪਾਣੀ ਵਾਲਾ ਹੈ। ਹਾਂ ਹਾਂ ਪਾਣੀ ਵਾਲਾ, ਧਿਆਨ ਨਾਲ ਥੋੜ੍ਹਾ। ਗੂਗਲ ਪੇ ਨਹੀਂ ਹੈਗਾ? ਅਬ ਤੋ ਹਮ ਕਰ ਦੇਤੇ ਹੈ, ਲੇਕਿਨ ਗੂਗਲ ਪੇ ਰੱਖੋ। ਹਾਂ ਮੋਬਾਈਲ ਚੋਰੀ ਹੋ ਗਿਆ ਆਪਕਾ, ਕੈਸੇ? ਧਿਆਨ ਰੱਖਿਆ ਕਰੋ ਯਾਰ। 150 ਹੋ ਗਿਆ। ਪਹਾੜੀ ਅਸੀਂ ਲੈ ਕੇ ਉਹਨੇ ਪੈਸੇ ਖਲੋ। ਨਹੀਂ ਨਹੀਂ ਇੱਕੋ ਜਾਣਾ ਜਾਊ, ਜਿਹੜਾ ਜਾਊਗਾ। ਚੱਲ ਜਾ ਗੱਲਾਂ, ਚੱਲ ਆਪਾਂ ਦੋਵੇਂ ਚੱਲਦੇ ਜਾ। ਚਲੋ ਚੱਲ ਠੀਕ ਆ, ਉਹਨੂੰ ਇਹ ਦੋਵੇਂ ਜਾਣ ਤੇ ਮੈਂ ਪੈਸੇ ਨਹੀਂ ਦੇਵਾਂ। ਕਿੱਡਾ ਹੈਗਾ ਵਿਹਲਾ ਹਰਸ਼ੂਣ, ਉਹਦਾ ਦਿਲ ਕਰਦਾ ਨਹੀਂ ਨਹੀਂ ਤੁਸੀਂ ਦੋਵੇਂ ਚਾਹੀਓ। ਕੰਪਨੀ ਬਾਗ ਦੇ ਬਾਹਰੋਂ ਨਾਰੀਅਲ ਪਾਣੀ ਪੀ ਕੇ ਘਰ ਜਾ ਕੇ ਰੈਡੀ ਸ਼ੈਡੀ ਹੋ ਕੇ ਹੁਣ ਮੈਂ ਗਿਆ ਸੀ ਜੀ ਥੋੜ੍ਹਾ ਕੰਮ ਹੀ, ਅਤੇ ਯਾਰ ਬਾਹਰ ਇੰਨੀ ਕੁ ਜ਼ਿਆਦਾ ਗਰਮੀ, ਜਿਹੜਾ ਟੈਂਪਰੇਚਰ 38 degrees ਆ। ਆਹ ਦੇਖਿਓ, ਓਏ ਹੋਏ, ਏ ਸੀ ਫੁੱਲ 'ਤੇ ਚੱਲ ਰਿਹਾ ਵਾ, ਫਿਰ ਵੀ ਜਿਸੇ ਦੇ ਧੁੱਪ ਪੈ ਰਹੀ ਹੈ ਨਾ, ਇੰਨੀ ਕੁ ਜ਼ਿਆਦਾ ਗਰਮੀ ਲੱਗ ਰਹੀ ਆ। ਅਤੇ ਸਾਡੇ ਨਾਲ ਗਵਾਂਢ ਹੀ ਕਿਸੇ ਦੇ ਘਰ ਪੇਂਟ ਚੱਲ ਰਿਹਾ ਸੀ, ਅਤੇ ਗੱਡੀ ਥੱਲੇ ਲੱਗੀ ਸੀ ਯਾਰ, ਅਤੇ ਗੱਡੀ 'ਤੇ ਨਾ ਪੇਂਟ ਦੇ ਛਿੱਟੇ ਪੈ ਗਏ ਆ। 2-3 ਹਫ਼ਤੇ ਹੋ ਗਏ ਆ, ਅਤੇ ਹੁਣ ਮੈਂ ਚੱਲਾਂ ਵਾ ਨਾਲੇ ਕਾਰ ਵੋਸ਼ ਕਰਾ ਕੇ ਲਿਆਉਣੀ ਆ, ਕਿਉਂਕਿ ਯਾਰ ਅੰਦਰੋਂ ਵੀ ਕਾਰ ਵੋਸ਼ ਕਰਾਉਣੀ ਆ, ਬੜੀ ਜ਼ਿਆਦਾ ਗੰਦੀ ਹੋਈ ਆ ਤੁਸੀਂ ਦੇਖ ਸਕਦੇ ਹੋ। ਅਤੇ ਨਾਲੇ ਯਾਰ ਉਹ ਜਿਹੜੀ ਪੇਂਟ ਦੀ ਫੁਹਾਰ ਪਈ ਆ ਉਹ ਵੀ ਸਾਰੀ ਹਟਵਾਉਣੀ ਆ, ਅਤੇ ਨਾਲੇ ਕਾਰ ਵੋਸ਼ ਕਰਾਉਂਦੇ ਹਾਂ, ਹੋਰ ਕੁਛ ਹੈ ਨਹੀਂ ਸੀ ਕਰਨ ਨੂੰ। ਮੈਂ ਚਲੋ ਕਾਰ ਹੀ ਵੋਸ਼ ਕਰਾ ਲੈਂਦੇ ਹਾਂ ਯਾਰ। ਅੱਜ ਅੰਦਰ ਵੀ ਕਰਨੀ ਹੈ ਸਾਫ਼, ਠੀਕ ਹੈ? ਓਕੇ ਭਾਈ। ਜਿਹੜੀ ਪੇਂਟ ਦੀ ਫੁਹਾਰ ਪਈ ਹੈ ਨਾ, ਕਿੱਥੇ ਕਰਕੇ ਪਈ ਆ? ਸਾਰੇ ਬੋਨਟ, ਆਹ ਦੇਖਿਓ ਯਾਰ ਬੋਨਟ ਜਦੋਂ ਪੀ ਪੀ ਐਫ ਹੋਇਆ ਵਾ। ਹਾਂ ਦੇਖੋ ਸਾਰੇ ਆ ਵਾਈਟ ਵਾਈਟ ਯਾਰ, ਠੀਕ ਠਾਕ ਜੀ। ਵਧੀਆ ਜੀ, ਅੱਜ ਗੱਡੀ ਪ੍ਰੋਪਰ ਵਾਸ਼ ਹੋ ਰਹੀ ਆ, ਥੱਲੇ ਉਪਰੋਂ ਅੰਦਰੋਂ ਬਾਹਰੋਂ।
ਪਰ ਆ ਦੇਖਿਓ ਆ ਬੋਨਟ ਤੇ ਆ ਪੇਂਟ ਦੇਖ ਰਹੇ ਹੋ ਵਾਈਟ ਵਾਈਟ ਆ ਦੇਖੋ ਛਿੱਟੇ ਪਏ ਹੋਏ ਆ ਐਦਾਂ ਵੇਖਣ ਯਾਰ ਇਹਦਾ ਵੀ ਕੁਝ ਹੱਲ ਕਰੋ ਯਾਰ ਕਿੰਨਾ ਟਾਈਮ ਲੱਗਣਾ ਯਾਰ ਹੁਣ 5 ਮਿੰਟ ਭਈ ਯਾਰ ਪਹਿਲੇ ਲੱਗੇ ਸੀ ਕਿ ਜਿਹੜੇ ਪੇਂਟ ਦੇ ਛਿੱਟੇ ਨਾ ਉਹ ਸਿਰਫ ਅੱਗੇ ਬੋਨਟ ਤੇ ਸ਼ੀਸ਼ੇ ਤੇ ਪਏ ਆ ਪਰ ਪੂਰੀ ਗੱਡੀ ਦੇ ਉੱਪਰ ਉੱਪਰ ਪਏ ਸੀ ਯਾਰ ਇਹ ਤਾਂ ਸ਼ੁਕਰ ਆ ਕਿ ਸੈਰਾਮਿਕ ਕੋਟਿੰਗ ਹੋਈ ਸੀ ਤਾਂ ਕਰਕੇ ਮੁੰਡਿਆਂ ਨੇ ਆ ਉੱਤੇ ਬਫ ਮਾਰਿਆ ਕੀ ਕੀਤਾ ਵੀਰੇ ਉੱਤੇ ਬਫ ਕੀਤਾ ਨਾ ਬਫ ਕਰਕੇ ਉਹ ਸਾਰੇ ਪੇਂਟ ਜਿਹੜਾ ਸੀ ਜਿਹੜੇ ਛਿੱਟੇ ਛੋਟੇ ਛੋਟੇ ਉਹ ਸਾਰੇ ਲੱਥ ਗਏ ਆ ਗੱਡੀ ਬੋਸ਼ ਇੱਕਦਮ ਯਾਰ ਘੈਂਟ ਕਰਤੀ ਆ ਦੇਖਿਓ ਅੰਦਰ ਐ ਲਿਸ਼ਕਾਤੀ ਆ ਪੂਰੀ ਮੁੰਡੇ ਬੜੇ ਆ ਮਿਹਨਤੀ ਆ ਮੁੰਡੇ ਥੈਂਕ ਯੂ ਯਾਰ ਲੁਧਿਆਣੇ ਤੋਂ ਆਪਣਾ ਮਾਈਕ ਆ ਚੁੱਕਿਆ ਜੀ ਇੱਕ ਫਰੈਂਡ ਹੀ ਉਹਨੇ ਉੱਥੋਂ ਅਰੇਂਜ ਕਰਾ ਦਿੱਤਾ ਕਿਉਂਕਿ ਅੰਮ੍ਰਿਤਸਰ ਤੋਂ ਪਤਾ ਕੀਤਾ ਜੀ ਅੰਮ੍ਰਿਤਸਰ ਅਵੇਲੇਬਲ ਨਹੀਂ ਅਤੇ ਪਹੁੰਚ ਚੁੱਕਿਆ ਵਾ ਇਹ ਸਪੈਸ਼ਲੀ ਤਾਂ ਮੰਗਾਇਆ ਯਾਰ ਕਿਉਂਕਿ ਫੂਡ ਵਲੋਗਰ ਵਿੱਚ ਨੇ ਯਾਰ ਵੋਇਸ ਕੁਆਲਿਟੀ ਬੜੀ ਖਰਾਬ ਹੁੰਦੀ ਸੀ ਜਿੱਥੇ ਆਪਾਂ ਸ਼ੂਟ ਕਰਦੇ ਸੀ ਨਾ ਉੱਥੇ ਬਾਈਕ ਦੇ ਹੋਣ ਦੀ ਆਵਾਜ਼ ਬੁਲਟ ਦੀ ਆਵਾਜ਼ ਬਾਹਰੋਂ ਨੋਇਜ਼ ਤਾਂ ਕਰਕੇ ਫਿਰ ਮੈਂ ਕਿਹਾ ਜੇ ਔਨਲਾਈਨ ਮੰਗਵਾਉਣਾ ਤਾਂ 5 ਦਿਨ ਲੱਗਣੇ ਸੀ ਲੁਧਿਆਣੇ ਮੰਗਾਇਆ ਵਾ ਦੁਪਹਿਰੇ ਉਹਨਾਂ ਰੱਖਿਆ ਵਾ 3:30 ਅਤੇ 7:30 ਅੰਮ੍ਰਿਤਸਰ ਪਹੁੰਚ ਗਿਆ ਇਹ ਉਹੀ ਆਪਣਾ ਦੇਸੀ ਜਿਹੜਾ ਟਰਾਂਸਪੋਰਟੇਸ਼ਨ ਦਾ ਤਰੀਕਾ ਬੱਸ 'ਤੇ ਉੱਥੋਂ ਸਮਾਨ ਰਖਾ ਦਿਓ ਅਤੇ ਇੱਥੋਂ ਆ ਕੇ ਜਿੱਥੇ ਤੁਸੀਂ ਪਹੁੰਚਾਉਣਾ ਹੋ ਭਾਅ ਜੀ ਖੁੱਲ ਜੂ ਅੱਜ ਭਾਅ ਜੀ ਉਹਨਾਂ ਨੇ ਪੈਕਿੰਗ ਹੀ ਐਂ ਕਰਕੇ ਦਿੱਤੀ ਮੈਨੂੰ ਲੱਗਦਾ ਚਾਹੁੰਦੇ ਹੀ ਨਹੀਂ ਖੋਲੋ 15 ਮਿੰਟ ਦਾ ਵਲੋਗ ਖੋਲਣ ਦਾ ਹੀ ਬਣ ਜਾਣਾ ਭਾਅ ਜੀ ਤੁਸੀਂ ਟਿਕਟ ਵਾਲੇ ਬੰਦੇ ਤੁਸੀਂ ਬਹੁਤ ਭਾਰ ਤੋਂ ਖੋਲੇ ਨਾ ਵਿਖਾਓ ਦੇਖਿਓ ਭਾਅ ਜੀ ਸਾਰਾ ਟੇਪ ਰੋਲ ਤੇ ਨਹੀਂ ਲਾ ਕੇ ਦਿੱਤਾ ਤਿੰਨ ਸਾਲ ਹੋ ਗਏ ਤੁਹਾਨੂੰ ਜੇ ਮਿਲਣ ਦਾ ਰਿਹਾ ਜ਼ੋਰ ਨਹੀਂ ਹੈਗਾ ਤੁਹਾਡੇ ਕੋਲ ਸ਼ਾਬਾਸ਼ ਇਹ ਤੁਹਾਨੂੰ ਲੱਗਦਾ ਕੋਣੀ ਕੋਣੀ ਥੱਲੇ ਉਹਨਾਂ ਨੇ ਦੂਸਰਾ ਵੀ ਲਾਇਆ ਚੰਗੀ ਪੈਕਿੰਗ ਕਰਕੇ ਦਿੱਤੀ ਆਪਣੇ ਦੇਖ ਰਹੇ ਇੱਥੇ ਜ਼ੋਰ ਨਹੀਂ ਕੰਮ ਆਉਂਦਾ ਇੱਥੇ ਦਿਮਾਗ ਕੰਮ ਆਉਂਦਾ ਕਿਉਂਕਿ ਅੱਧਾ ਤੂੰ ਖੋਲ ਦਿੱਤਾ ਸੀ ਆਹ ਦੇਖੋ ਇਹ ਨਾਲ ਆ ਗਿਆ ਬਿੱਲ ਮਾਈਕ ਹੈਗਾ ਜੀ ਆਹ ਦੇਖੋ ਗੋਡੋਕਸ ਮੂਵਲਿੰਕ ਮਿੰਨੀ ਐਲ ਟੀ ਇਹ ਆਪਣਾ ਆ ਗਿਆ ਇਨਵੋਇਸ ਅਤੇ ਇਹ ਆਇਆ ਵਾ 10,700 ਦਾ ਵਿਦ ਜੀ ਐਸ ਟੀ ਇਹਨੂੰ ਛੱਡੋ ਇਹਨੂੰ ਵੀ ਰੱਖੋ ਹੁਣ ਆਪਾਂ ਆਉਂਦੇ ਹਾਂ ਇਹਦੇ ਵੱਲ ਪੈਕਿੰਗ ਤਾਂ ਬੜੀ ਵਧੀਆ ਮੇਰਾ ਡਿਜ਼ਾਇਨ ਆ ਯਾਰ ਉਹਨੇ ਵਾਈਟ ਭੇਜ ਤੁਹਾਨੂੰ ਬਲੈਕ ਕਿਹਾ ਸੀ ਖੋਲ ਕੇ ਵੇਖਿਆ ਉਹੀ ਕੰਮ ਹੋ ਗਿਆ ਨਾ ਫੋਨ ਕਾ ਯਾਰ ਉਹਨੂੰ ਖੋਲ ਆਹੋ ਵਾਈਟ ਆ ਆ ਦੇ ਲੈ ਫੋਨ ਕਰ ਦੇਖਿਓ ਯਾਰ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਸਪੈਸ਼ਲੀ ਬਲੈਕ ਕਿਉਂਕਿ ਯਾਰ ਵਾਈਟ ਗੰਦਾ ਬਹੁਤ ਛੇਤੀ ਹੋਣਾ ਵਾ ਕਰ ਫੋਨ ਪੁੱਛਾਂ ਉਹਨੂੰ ਫੋਨ ਕਰਕੇ ਲਾ ਫੋਨ ਲਾ ਯੂਸਰ ਸੰਡੇ ਕੋਈ ਵੀ ਕੰਮ ਪਹਿਲੀ ਵਾਰ 'ਚ ਨਹੀਂ ਸਹੀ ਹੁੰਦਾ ਹੁਣ ਫੋਨ ਕਰਤਾ ਹੋਇਆ ਵਾ ਚੇਂਜ ਹੋ ਜੂਗਾ ਬਾਕੀ ਓਵਰਲ ਤੁਹਾਨੂੰ ਦਿਖਾਉਂਦੇ ਯਾਰ ਦੇਖਿਓ ਹੁਣ ਆਇਆ ਤਾਂ ਹੈਗਾ ਵਾ ਆਹ ਦੇਖੋ ਮਾਈਕ ਕੁਛ ਇੱਦਾਂ ਦਾ ਵਾ ਇਹ ਜਮੈਟਰੀ ਡਿਜ਼ਾਇਨ ਦੇ ਵਿੱਚ ਆ ਜਿਵੇਂ ਆਪਣੀ ਸਕੂਲ ਦੀ ਜਮੈਟਰੀ ਨਹੀਂ ਹੁੰਦੀ ਸੀ ਮੂਹਰੇ ਡਿਜ਼ਾਇਨ ਆ ਅਤੇ ਇਹਨੂੰ ਪ੍ਰੈਸ ਕਰਦੇ ਜੀ ਅਤੇ ਓਏ ਲੱਗਦਾ ਬੈਟਰੀ ਨਹੀਂ ਹੈਗੀ ਆਹ ਦੇਖੋ ਇਹ ਕੈਮਰੇ ਲਈ ਵੀ ਕੰਪੈਟੀਬਲ ਆ ਮੋਬਾਈਲ ਲਈ ਵੀ ਅਤੇ ਆਈਓਸ ਲਈ ਵੀ ਆਹ ਦੇਖੋ ਇੱਕ ਇਹਦੇ ਵਿੱਚ ਰਿਸੀਵਰ ਆ ਅਤੇ ਬਾਕੀ ਦੋ ਮਾਈਕ ਆ ਕੁਛ ਇੱਦਾਂ ਦਾ ਵਾ ਯਾਰ ਬਾਕੀ ਹੁਣ ਇਹਦੇ ਵਿੱਚ ਮੈਂ ਬਲੈਕ ਕਲਰ ਮੰਗਾਇਆ ਕਿਉਂਕਿ ਯਾਰ ਵਾਈਟ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਵਾ ਜਸ ਫੜੀ ਇੱਕ ਮਿੰਟ ਇਹਨੂੰ ਆਹ ਦੇਖੋ ਮਾਈਕ ਆਹ ਵਾਈਟ ਮਾਈਕ ਇੱਦਾਂ ਲੱਗਾ ਚੰਗਾ ਨਹੀਂ ਲੱਗਣਾ ਯਾਰ ਆਹ ਦੇਖਿਓ ਇੱਦਾਂ ਹੈ ਨਾ ਆਹ ਦੇਖੀ ਬਿਲਕੁਲ ਇੱਦਾਂ ਬਲੈਕ ਹਰ ਇੱਕ ਲਾ ਲਓ ਜਿਹੜੇ ਕੱਪੜੇ ਪਾਏ ਹੋਣਗੇ ਉਹ ਤੋਂ ਜ਼ਿਆਦਾ ਉੱਭਰ ਕੇ ਨਹੀਂ ਆਊਗਾ ਤਾਂ ਕਰਕੇ ਮਾਈਕ ਚੇਂਜ ਹੋ ਕੇ ਆ ਗਿਆ ਹੋਇਆ ਜੀ ਇਹ ਆ ਬਲੈਕ ਕਲਰ ਵਾਈਟ ਤੁਸੀਂ ਦੇਖ ਲਿਆ ਇਹ ਵਾਇਰਲੈਸ ਮਾਈਕ ਆ ਇਹਦਾ ਡਿਜ਼ਾਇਨ ਬੜਾ ਸੋਹਣਾ ਯਾਰ ਦੇਖਿਓ ਇਹ ਆ ਮਾਈਕ ਬੈਟਰੀ ਲਵੋ ਬੈਟਰੀ ਇਹਨੂੰ ਚਾਰਜ ਕਰਦੇ ਹਾਂ ਇਹ ਬੜੇ ਕੰਮ ਆਊਗਾ ਯਾਰ ਆਪਣੇ ਇੱਕ ਤਾਂ ਫੂਡ ਵਲੋਗ 'ਚ ਬੜਾ ਕੰਮ ਆਊਗਾ ਕਿਉਂਕਿ ਸ਼ੋਰ ਬੜਾ ਹੁੰਦਾ ਬਾਹਰ ਅਤੇ ਇੱਕ ਜਿੱਥੇ ਹਵਾ ਉਹ ਬਹੁਤ ਜ਼ਿਆਦਾ ਹੋਊਗੀ
ਉੱਥੇ ਆਵਾਜ਼ ਦੀ ਕੁਆਲਿਟੀ ਇਹ ਖਰਾਬ ਨਹੀਂ ਹੋਣ ਦੂਗਾ, ਬਹੁਤ ਹੀ ਵਧੀਆ ਕ੍ਰਿਸਪ ਆਵਾਜ਼ ਆਊਗੀ। ਇਹਨਾਂ ਦੀ ਬੈਟਰੀ ਲਵੋ, ਚਲੋ ਕੋਈ ਨਹੀਂ ਚਾਰਜ ਕਰਦੇ ਹਾਂ। ਬਾਕੀ ਵੋਇਸ ਕੁਆਲਿਟੀ ਤੁਹਾਨੂੰ ਅਗਲੇ ਫੂਡ ਵਲੌਗਾਂ ਦੇ ਵਿੱਚ ਪਤਾ ਲੱਗ ਹੀ ਜਾਊਗੀ। ਸੋ ਫਾਈਨਲੀ ਜਿਹੜਾ ਮਾਈਕ ਮੰਗਵਾਇਆ ਸੀ ਉਹ ਆ ਚੁੱਕਿਆ, ਅਤੇ ਹੋਪ ਕਰਦੇ ਕਿ ਤੁਹਾਨੂੰ ਇਹ ਵਲੌਗ ਦੇਖ ਕੇ ਮਜ਼ਾ ਆਇਆ ਹੋਊਗਾ। ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ, ਅਤੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ। ਚੱਲ ਲੈਣ, ਬਾਏ, ਟੇਕ ਕੇਅਰ, ਡੱਬ ਰੱਖ।